जिहड़ी कंसल्ट की जाती है हर थां दे उत्ते उहदे लई खालसे ने अपनी आवाज दिल्ली दे तक तक पहुंचाउण लई सिंबोलिक तौर ते इस झड़क नूं रोकिया आ। कल दा असी नवे बने स्टेट दे मुख्यमंत्री साहब नूं अपील कीती सी कि इस चीज नूं उहनां नाल गल करके इहनूं रोकिया जाए। साडे केसरी निशान ते साडे कौमी योधिआं दीआं जिहड़ियां तस्वीरां ने उहनां नूं उतार के और साडे यात्रियां नूं जलील किया गया आ। इस गल का जिन्ना चिर हिमाचल सरकार साडे नाल वायदा नहीं करती उन्ना चिर ये जिहड़ा रोड आ ये नहीं चलन दिता जाऊगा। सो किसी भी यात्री दे नाल किसी भी वहीकल दे नाल किसी तरह की कोई भी गल इदां दी नहीं की जाऊगी। जेडे ट्रकां वाले वीर साइड ते ट्रक जिन्हां ने खड़े किए रहे हो इस होटल तो चाह पानी पी सकते ने उन्हां दा खर्चा भी पंथ दे होगा ते किसी बंदे नाल कोई किसी किस्म की कोई बदतमीजी नहीं की जाऊगी क्योंकि असी सरहद का पता मंगण वाली कौम आ ते सारिआं नाल साडा प्यार आ सारिआं दा असी सत्कार करदे आ। मैडिकल तौर दे उत्ते बच्चियां नूं बीबियां नूं ते जिहड़ियां बस यात्रू ने उहनां नूं भी असी इत्थों लंघन का मौका देंगे। असी जिहड़ी कमर्शियल वहीकल ने जिहड़े HP नंबर दे हिमाचल प्रदेश दे उह रोके जाणगे। ਇਹ ਹੁਣ ਸਰਕਾਰ ਦੀ ਮਰਜ਼ੀ ਆ ਕਿ ਉਹ ਸਾਨੂੰ ਕਿੰਨਾ ਚਿਰ ਇੱਥੇ ਬਿਠਾਉਂਦੀ ਆ। ਅਸੀਂ ਇੱਥੇ ਪਹੁੰਚ ਗਏ ਹਾਂ। ਇੰਨੀਆਂ ਹੀ ਬੇਨਤੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਸੀਂ ਇਸ ਜਿਹੜਾ ਜਾਮ ਨੂੰ ਜਾਰੀ ਰੱਖਾਂਗੇ ਤੇ ਅਸੀਂ ਪੰਜਾਬ ਗੌਰਮੈਂਟ ਨੂੰ ਪੰਜਾਬ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕੀਤੀ ਸੀ ਕਿ ਤੁਸੀਂ ਹਿਮਾਚਲ ਸਰਕਾਰ ਨਾਲ ਗੱਲ ਕਰੋ। ਨਿੱਤ ਦਿਹਾੜੇ ਇਹ ਸਾਡੇ ਨਾਲ ਹੁਰਮਤੀ ਕਰਦੇ ਨੇ ਹੁਣ ਇਹ ਤੈਅ ਕਰਨਗੇ ਕਿ ਸਾਡੇ ਝੰਡੇ ਦੇ ਵਿੱਚ ਡੰਡਾ ਕਿੰਨੇ ਫੁੱਟ ਦਾ ਹੋਊਗਾ। ਇਹ ਤੈਅ ਗੌਰਮੈਂਟਾਂ ਨਹੀਂ ਕਰਨਗੀਆਂ ਕਿਉਂਕਿ ਕਿਸੇ ਵੀ ਧਰਮ ਦੇ ਜਿਹੜੇ ਨਿਸ਼ਾਨ ਨੇ ਚਾਹੇ ਉਹ ਤਰਸੂਲ ਹੈ ਚਾਹੇ ਉਹ ਸ੍ਰੀ ਸਾਹਿਬ ਹੈ ਚਾਹੇ ਕਿਸੇ ਦਾ ਕੋਈ ਵੀ ਨਿਸ਼ਾਨ ਆ ਉਹ ਤੈਅ ਗੌਰਮੈਂਟਾਂ ਨਹੀਂ ਕਰਨਗੀਆਂ। ਇਹ ਤੁਹਾਡੀ ਪਾਰਲੀਮੈਂਟ ਨਹੀਂ ਹੈਗੀ ਜਿੱਥੇ ਤੁਸੀਂ ਸਾਨੂੰ ਤੇਗ ਲੈ ਕੇ ਨਹੀਂ ਜਾਣ ਦਿੱਤਾ। ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੂੰ ਤੇਗ ਲੈ ਕੇ ਤੁਸੀਂ ਨਹੀਂ ਜਾਣ ਦਿੱਤਾ। ਇਹ ਤੁਹਾਡੀ ਪਾਰਲੀਮੈਂਟ ਨਹੀਂ ਇਸ ਕੰਟਰੀ ਦੀਆਂ ਸੜਕਾਂ ਨੇ ਤੇ ਜਿਹੜੀਆਂ ਸੜਕਾਂ ਬਣਨ ਲਈ ਜਿਹੜੀ ਸਟੇਟ ਚੱਲਣ ਲਈ ਅਸੀਂ ਮਾਰਚਸ ਦੀ ਤਿੱਲੀ ਤੋਂ ਲੈ ਕੇ ਤੇ ਹਰ ਚੀਜ਼ ਤੁਹਾਡੇ ਜਹਾਜ਼ਾਂ ਤੱਕ ਟੈਕਸ ਦੇਣੇ ਆ। ਅਸੀਂ ਗਾਵਾਂ ਰੱਖੀਏ ਜਾਂ ਨਾ ਰੱਖੀਏ ਪਰ ਅਸੀਂ ਉਹਦਾ ਟੈਕਸ ਦੇਣੇ ਆ। ਰੋਡ ਟੈਕਸ ਅਲੱਗ, ਟੋਲ ਟੈਕਸ ਅਲੱਗ। ਸਾਡੇ ਟੈਕਸ ਦੇ ਨਾਲ ਤੁਹਾਡਾ ਸਾਰਾ ਕੁਝ ਚੱਲਦਾ ਆ ਤੇ ਫਿਰ ਸਾਡੇ ਨਾਲ ਵਿਤਕਰਾ ਕਿਉਂ, ਸਾਡੇ ਯਾਤਰੀਆਂ ਨਾਲ ਵਿਤਕਰਾ ਕਿਉਂ। ਇੰਨੀਆਂ ਹੀ ਗੱਲਾਂ ਨੇ ਬਸ ਅਸੀਂ ਸਿੰਬੋਲਿਕ ਤੌਰ ਤੇ ਗੱਲ ਕਰਨੀ ਸੀ ਕਿਉਂਕਿ ਇੱਥੇ ਅਸੀਂ ਏਡਾ ਵੱਡਾ ਕੋਈ ਪ੍ਰਚਾਰ ਜਾਂ ਇੱਦਾਂ ਦੀ ਸਟੇਜ ਨਹੀਂ ਹੈਗੀ। ਸਿਰਫ ਅਸੀਂ ਚਾਹਾਂਗੇ ਕਿ ਜਿਹੜੇ ਯਾਤਰੂ ਨੇ ਜਿਹੜੇ ਆ ਰਹੇ ਨੇ ਉਹ ਸਾਡੇ ਇਹਦੇ ਵਿੱਚ ਹਿੱਸਾ ਲੈ ਸਕਦੇ ਨੇ ਕਿਉਂਕਿ ਉਹਨਾਂ ਯਾਤਰੂਆਂ ਲਈ ਇਹ ਅਸੀਂ ਖੜੇ ਹਾਂ। ਮਾਝੇ ਦੇ ਕੁਝ ਨੌਜਵਾਨਾਂ ਦੀ ਬੇਇੱਜ਼ਤੀ ਤਾਂ ਕੀਤੀ ਗਈ ਆ, ਝੰਡੇ ਖੋਏ ਗਏ ਨੇ, ਸਾਡੇ ਯੋਧਿਆਂ ਦੀਆਂ ਫੋਟੋਆਂ ਲਾਈਆਂ ਗਈਆਂ ਨੇ। ਸੋ ਤਖ਼ਤ ਅਕਾਲ ਤਖ਼ਤ ਦੇ ਮੌਜੂਦਾ ਜਿਹੜੇ ਜਥੇਦਾਰ ਨੇ ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ ਜੀ ਹੋਣਾ ਨੇ ਅੱਜ ਤਖ਼ਤ ਕੇਸਗੜ੍ਹ ਸਾਹਿਬ ਤੋਂ ਇੱਕ ਸੰਗਤ ਨੂੰ ਸੰਬੋਧਨ ਹੁੰਦਿਆਂ ਅਪੀਲ ਕੀਤੀ ਹੈ ਕਿ ਸਾਡੇ ਯੋਧਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹਨਾਂ ਦੀ ਹੁਰਮਤੀ ਕੀਤੀ ਗਈ ਆ ਔਰ ਸਾਡੇ ਨਿਸ਼ਾਨ ਖੋਏ ਗਏ ਨੇ। ਕੌਮ ਜਾਗੇ, ਇਹ ਉਹਨਾਂ ਨੇ ਹੋਕਾ ਦਿੱਤਾ ਆ। ਸੋ ਅਸੀਂ ਉਸੇ ਆਧਾਰ ਦੇ ਉੱਤੇ ਜਥੇਦਾਰ ਸਾਹਿਬ ਦੀ ਜਿਹੜੀ ਗੱਲਬਾਤ ਆ ਉਹ ਤੇ ਉਸ ਤੋਂ ਪਹਿਲਾਂ ਵੀ ਅਸੀਂ ਕੌਮ ਨੂੰ ਜਿਹੜਾ ਦੱਸਣਾ ਚਾਹੁੰਦੇ ਆ ਇੱਕ ਕੌਮੀ ਯੋਧੇ ਦੀਪ ਸਿੱਧੂ ਨੂੰ ਜਿਹੜਾ ਇਹਨਾਂ ਨੇ ਕਤਲ ਕੀਤਾ ਹਕੂਮਤਾਂ ਨੇ ਤੇ ਉਸ ਯੋਧੇ ਦੀਆਂ ਤਸਵੀਰਾਂ ਮੋਟਰਸਾਈਕਲਾਂ ਉੱਤੋਂ ਪਾੜੀਆਂ ਗਈਆਂ, ਇਸ ਗੱਲ ਦੇ ਸਾਡੇ ਕੋਲ ਗਵਾਹ ਨੇ ਤੇ ਸਾਡੇ ਨਾਲ ਰਾਤੀ ਉਹਨਾਂ ਦੀ ਗੱਲ ਹੋਈ ਆ, ਅੱਧੀ ਤਸਵੀਰ ਪਾਟੀ ਹੋਈ ਆ। ਪਰ ਮੈਂ ਮਾਝੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਅੱਗੇ ਮੇਰਾ ਸਿਰ ਝੁਕਦਾ। ਉਹਨੇ ਕਿਹਾ ਅਸੀਂ ਬਾਂਹ ਵੱਢ ਦਾਂਗੇ ਜੇ ਦੀਪ ਸਿੱਧੂ ਦੀ ਫੋਟੋ ਨੂੰ ਹੱਥ ਲਾਇਆ। ਉਹਨਾਂ ਨੇ ਹੱਥ ਨਹੀਂ ਲਾਣ ਦਿੱਤਾ, ਫੋਟੋ ਨਹੀਂ ਪਾੜਨ ਦਿੱਤੀ, ਧੱਕੇ ਮਾਰ ਕੇ ਉੱਥੋਂ ਨਿਕਲੇ ਨੇ। ਉਸ ਤੋਂ ਬਾਅਦ ਅੱਗੇ ਜਿਹੜਾ ਪੁਲਿਸ ਨੇ ਉਹਨਾਂ ਦੇ ਚਲਾਨ ਕੱਟੇ 10,000 ਰੁਪਇਆ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਚਲਾਨ, ਇਹ ਨਵਾਂ ਹਿੰਦੂ ਤਵੀ ਸਰਕਾਰਾਂ ਨੇ ਨਵਾਂ ਕਾਨੂੰਨ ਲੈ ਕੇ ਆਉਂਦਾ ਇਸ ਦੇਸ਼ ਦੇ ਵਿੱਚ ਕਿ ਤੁਸੀਂ ਯੋਧਿਆਂ ਦੀਆਂ ਫੋਟੋਆਂ ਲਾ ਕੇ ਚੱਲੋਗੇ, ਆਪਣੇ ਨਿਸ਼ਾਨ ਲੈ ਕੇ ਜਾਓਗੇ ਮੋਟਰਸਾਈਕਲਾਂ ਦੇ ਉੱਤੇ। ਸਾਡੇ ਨੌਜਵਾਨ ਆਪਣੇ ਗੁਰਧਾਮਾਂ ਦੀ ਯਾਤਰਾ ਕਰਨਗੇ ਤੇ ਟੈਕਸ ਦੇ ਕੇ ਜਾਣਗੇ। ਜਜ਼ੀਰਾ ਲਾ ਦਿੱਤਾ ਆ,
मुगलों तो बाद हिंद हुकूमत ने पंथ के उत्ते जजिया लाने की पहल की है। दीप सिद्धू कौमी योजे की फोटो के उ 10,000 रुपये का चलान कटिया गया है। इस तरह 20वीं सदी के महान सिख शहीद संत बाबा जरनैल सिंह खालसा भिंडरा वाले की तस्वीर के उत्ते 10,000 रुपये का चलान किया गया। जिथे सानू अफसोस है सरकारां ते, उत्थे सानू माण भी महसूस होया है कि साडे योधियां दीआं जिहड़ियां तस्वीरां ने ओह भी वैरी नूं डराउंदियां ने। वैरी उन्हां तस्वीरां तों खौफ जगाया। हिंद हुकूमत क्यों तस्वीरां दे मगर पई है? संविधानिक तौर ते कानून पास कराउण कि संत बाबा जरनैल सिंह खालसा भिंडरां वालियां दी इस देश विच तस्वीर नहीं लगूगी, फिर असी फैसला करांगे असी की करना है। दीप सिद्धू की तस्वीर दे उत्ते कानून बना लैण, फिर असी फैसला करांगे। जे तुहानू साडे चिन्हां तों साडियां तस्वीरां तों इन्नी ज्यादा प्रॉब्लम आ ते फिर सानू मगरों क्यों नहीं ला दिंदे? साडा राज सानू दे दो, असी तुहाडे राज्यां दे विच नहीं आवांगे। सो रही गल पहाड़ां वाले, साडा कुल्लू जाया बिना बिल्कुल सरदा आ, पर तुहाडा थले आया बिना नहीं सरना। परले पासे चीन आ ते इधरले पासे पंजाब आ, लंघ के पंजाब च ही जाना मित्रों। पर फिर भी असी हर धर्म दे यात्रियां दा, चाहे वह जैन धर्म होए, चाहे वह इस्लाम धर्म होए, चाहे वह हिंदू धर्म होए, चाहे वह क्रिश्चन हो, असी सारिया का सन्मान किया आ। असी सारिया दे रसूल चिन्ह कावड़ जो भी लैके लंघन वड्डियां डांगां दे उत्ते बन के अपना जल जान, वह गंगा नूं जान, वह गंगोत्री नूं जान, असी कदी भी किसी का विरोध नहीं किया। फिर साडा विरोध क्यों? साडा सवाल इन्ना ही है। सो इनिया ही बेनतियां करदा खिमा दा जाजका, अगे जिवें भी प्रोग्राम होया असी कौम दे नाल सारी गल सांझी करांगे। वाहिगुरु जी का खालसा, वाहिगुरु जी की फतेह। ओले इस्लाम है सत श्री अकाल। लाइव राजे लाइव।